ਆਦਰਸ਼ ਸਕੂਲ ਦੇ ਸਮੂਹ ਸਟਾਫ ਵੱਲੋਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਕੂਲ ਦੇ ਚੇਅਰਮੈਨ ਨਰਿੰਦਰ ਸਿੰਘ ਰੰਧਾਵਾ ਤੇ ਉਸ ਦੇ ਬੇਟੇ ਜਸਮੀਤ ਰੰਧਾਵਾ ਵੱਲੋਂ ਸਕੂਲ ਦੀ ਇੱਕ ਅਧਿਆਪਕਾ ਨਾਲ ਬਲਾਤਕਾਰ ਕਰਨ ਦੇ ਦੋਸ਼ ਲੱਗੇ ਗਏ ਸਨ ਅਤੇ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਦੋਨੋਂ ਪਿਓ ਪੁੱਤਰ ਦੇ ਉੱਪਰ ਮਾਮਲਾ ਦਰਜ ਕਰ ਲਿਆ ਗਿਆ ਸੀ, ਪਰ ਉਹਨਾਂ ਦੀ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਸੀ। ਇਸ ਲਈ ਸਕੂਲ ਦੀ ਕੁਝ ਟੀਚਰਾਂ ਵੱਲੋਂ ਸਕੂਲ ਮੈਨੇਜਮੈਂਟ ਨਾਲ ਕਾਫੀ ਸਮੇਂ ਤੋਂ ਰੌਲਾ ਚੱਲ ਰਿਹਾ ਸੀ। ਉਹਨਾਂ ਵੱਲੋਂ ਅੱਜ ਉਸ ਪੀੜਤ ਦੇ ਅਧਿਆਪਕਾਂ ਨੂੰ ਜਿਸ ਨੇ ਕੋਈ ਕਾਰਵਾਈ ਨਾ ਹੁੰਦਿਆਂ ਦੇਖ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਸ ਨੂੰ ਇਨਸਾਫ ਦੀ ਮੰਗ ਨੂੰ ਲੈ ਕੇ ਟੀਚਰਾਂ ਵੱਲੋਂ ਰੋਸ ਮਾਰਚ ਕੱਢਿਆ ਗਿਆ। ਸਾਡੀ ਇੱਕ ਲੇਡੀ ਟੀਚਰ ਜੋ ਪੱਕੇ ਤੋਂ ਨੇ ਉਹਨਾਂ ਦੇ ਨਾਲ, ਤੁਸੀਂ ਦੇਖੋ ਵੀ 6 ਤਰੀਕ ਦਾ ਐਫ ਆਈ ਆਰ ਚੇਅਰਮੈਨ ਨਰਿੰਦਰ ਸਿੰਘ ਰੰਧਾਵਾ ਅਤੇ ਉਹਨਾਂ ਦੇ ਬੇਟੇ ਜਸਮੀਤ ਸਿੰਘ ਰੰਧਾਵਾ ਦੋਨਾਂ 'ਤੇ ਐਫ ਆਈ ਆਰ ਹੋਈ ਹੈ। ਉਹਨਾਂ ਨੇ ਜੋ ਵੀ ਕੁੜੀ ਦੇ ਨਾਲ ਗਲਤ ਕੀਤਾ ਉਸ ਤੋਂ ਬਾਅਦ ਵੀ ਪ੍ਰਸ਼ਾਸਨ ਨੂੰ 1 ਮਹੀਨਾ ਹੋ ਗਿਆ, 1 ਮਹੀਨਾ ਅਸੀਂ ਵੇਟ ਕੀਤੀ ਵੀ ਚਲੋ ਪ੍ਰਸ਼ਾਸਨ ਉਹਨਾਂ ਨੂੰ ਗ੍ਰਿਫਤਾਰ ਗਿਆ, ਪਰ ਕੁਛ ਵੀ ਨਹੀਂ। ਮੈਨੂੰ ਤਾਂ ਲੱਗਦਾ ਪ੍ਰਸ਼ਾਸਨ ਸੋ ਰਿਹਾ, ਉਹ ਵੇਟ ਕਰ ਰਿਹਾ ਵੀ ਉਹ ਕੁੜੀ ਕਦੋਂ ਉੱਪਰ ਜਾਵੇ ਅਤੇ ਸਾਡਾ ਖਹਿੜਾ ਛੁੱਟੇ। ਮੈਨੂੰ ਲੱਗਦਾ ਨਹੀਂ ਕਿ ਕੋਈ ਵੀ ਕਾਰਵਾਈ ਕਰ ਰਹੇ ਆ। ਮੈਂ ਤਾਂ ਇੱਕ ਚੀਜ਼ ਮੰਨਦੀ ਹਾਂ ਕਿ ਮੈਨੂੰ ਲੱਗਦਾ ਵੀ ਇੱਥੇ ਗਰੀਬ ਬੰਦੇ ਦੀ ਜਾਂ ਆਮ ਸਧਾਰਨ ਬੰਦੇ ਦੀ ਕੋਈ ਸੁਣਵਾਈ ਨਹੀਂ ਹੈ, ਇਸੇ ਕਰਕੇ ਕੁੜੀ ਦੀ ਸੁਣਵਾਈ ਹੋ ਹੀ ਨਹੀਂ ਰਹੀ। ਅੱਜ ਉਹ ਜਿਹੜੇ ਇਲਾਜ ਮੈਡੀਕਲ ਹੋਸਪਿਟਲ 'ਚ ਪਈ ਹੈ, ਪਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਆਪਣੀ ਡਿਊਟੀ ਨੂੰ ਜਾਇਜ਼ ਸਮਝਦੇ ਉੱਥੇ ਉਹਦਾ ਪਤਾ ਲੈਣ ਤੱਕ ਨਹੀਂ ਗਿਆ। ਕੋਈ ਹਮਦਰਦੀ ਦੇ 2 ਬੋਲ ਤੱਕ ਨਹੀਂ ਉਹਨਾਂ ਤੋਂ ਬੋਲੇ ਗਏ ਤਾਂ ਉਹ ਸਾਡਾ ਸਾਥ ਕਿੱਥੋਂ ਦੇ ਦੇਣਗੇ। ਮੇਰੀ ਸਰਕਾਰ ਨੂੰ ਮੰਗ ਹੈ ਅਤੇ ਪ੍ਰਸ਼ਾਸਨ ਨੂੰ ਕਿ ਥੋੜ੍ਹਾ ਜਾਗੋ, ਜਾਗ ਕੇ ਤੁਸੀਂ ਇਹ ਦੇਖੋ ਵੀ ਜਿਹੜਾ ਬੰਦਾ ਪੀੜਤ ਹੈਗਾ ਉਹਦੀ ਸਾਰ ਲਵੋ ਤਾਂ ਕਿ ਅੱਗੇ ਤੋਂ ਕਿਸੇ ਵੀ ਕੋਈ ਅਬਲਾ ਨਾਰੀ ਹੈ ਜਾਂ ਕੋਈ ਵੀ ਹੈਗਾ ਬੇਕਸੂਰ ਇਨਸਾਨ ਉਹਦੇ 'ਚ ਹਿੰਮਤ ਆਵੇ ਤਾਂ ਕਿ ਉਹ ਅੱਗੇ ਹੋ ਕੇ ਲੜ ਸਕੇ। ਸਰ, ਸਾਡੀ ਮੰਗ ਇਹੀ ਹੈ ਕਿ ਨਰਿੰਦਰ ਸਿੰਘ ਰੰਧਾਵਾ ਉਹਨਾਂ ਦੀ ਸੁਸਾਇਟੀ ਸਾਨੂੰ ਨਹੀਂ ਚਾਹੀਦੀ। ਇਹ ਕਰਪਟ ਮੈਨੇਜਮੈਂਟ ਜਿਸ ਨੂੰ ਅਸੀਂ ਪ੍ਰੂਫ ਵੀ ਕਰ ਚੁੱਕੇ ਹਾਂ, 24 ਤਰੀਕ ਦੀ ਮੀਟਿੰਗ ਦੇ ਵਿੱਚ ਐਜੂਕੇਸ਼ਨ ਸੈਕਟਰੀ ਕ੍ਰਿਸ਼ਨ ਕੁਮਾਰ ਅਤੇ DGSC ਸਰ ਦੇ ਸਾਹਮਣੇ ਇਹਨਾਂ ਦੀ ਮੈਂ ਸਾਰੇ ਚਿੱਠੇ ਖੋਲ੍ਹ ਕੇ ਆਉਂਦੇ ਆ ਉੱਥੇ, ਉਹਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਸਾਡੀ ਪ੍ਰਜੋਰ ਮੰਗ ਹੈ ਕਿ ਮੈਨੇਜਮੈਂਟ ਤੋਂ ਸਾਡੇ ਸਕੂਲ ਜਿਹੜੇ ਹੈਗੇ ਆਜ਼ਾਦ ਕਰਵਾਏ ਜਾਣ, ਸਰਕਾਰ ਇਹਨਾਂ ਨੂੰ ਖੁਦ ਚਲਾਵੇ ਅਤੇ ਪੀੜਤ ਲੜਕੀ ਜੋ ਹੈਗੀ ਆ ਉਹਨੂੰ ਇਨਸਾਫ ਦਵਾਇਆ ਜਾਵੇ, ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ।